ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮੈਰੀਕਾ ਦੇ ਵਿੱਚ 1 ਲੱਖ ਤੋਂ ਵੱਧ ਬੰਦੇ ਆਪਣੀ ਜਾਨ ਗੁਆਚ ਸਕਦੇ ਨੇ। ਇਹਨੇ ਲੱਖਾਂ ਹੀ ਲੋਕ ਉਹਨਾਂ ਦੇ ਟੈਸਟ ਜਿਹੜੇ ਨੇ ਪੋਜ਼ਿਟਿਵ ਹੋ ਸਕਦੇ ਨੇ। ਕਈ ਹਸਪਤਾਲਾਂ ਦੇ ਵਿੱਚ ਜਿਹੜੇ ਆਕਸੀਜਨ ਦੇ ਟੈਂਕ ਵੀ ਉਹਨਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਮਾਸਕ ਦੀ ਕਮੀ ਹੈ, ਗਾਊਨਸ ਦੀ ਕਮੀ ਹੈ, ਕਿੰਨੇ ਹੋਸਪਿਟਲਸ ਦੇ ਵਿੱਚ ਤਾਂ 1 ਮਾਸਕ ਸਾਰੇ ਦਿਨ ਲਈ ਮਿਲਦਾ ਹੈ ਅਤੇ ਕਈ ਹਸਪਤਾਲਾਂ ਦੇ ਵਿੱਚ 1 ਮਾਸਕ 1-1 ਹਫ਼ਤੇ ਲਈ ਜਿਹੜਾ ਹੈਲਥ ਅਫੀਸ਼ਲਸ ਨੂੰ ਵਰਤਣਾ ਪੈ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ ਅਤੇ ਭੈਣੋ, ਕਰੋਨਾ ਵਾਇਰਸ ਦੀ ਇਹ ਜਿਹੜੀ ਮਹਾਂਮਾਰੀ ਹੈ, ਪੈਂਡੈਮਿਕ ਦੇ ਵਿੱਚ ਅਮੈਰੀਕਾ ਦਾ ਨੰਬਰ ਦੁਨੀਆ ਦੇ ਵਿੱਚ ਇਸ ਵੇਲੇ ਸਭ ਤੋਂ ਉੱਪਰ ਹੈ। 1,39,000 ਬੰਦਿਆਂ ਦਾ ਜਿਹੜਾ ਟੈਸਟ ਆ ਉਹ ਪੋਜ਼ਿਟਿਵ ਆਇਆ ਇਸ ਵਾਇਰਸ ਦਾ ਅਤੇ ਤਕਰੀਬਨ 2,400 ਬੰਦੇ ਆਪਣੀ ਜਾਨ ਗੁਆ ਚੁੱਕੇ ਨੇ ਅਮੈਰੀਕਾ ਦੇ ਵਿੱਚ ਅਤੇ ਓਵਰਆਲ ਸਾਰੇ ਸੰਸਾਰ ਦੇ ਵਿੱਚ ਇਸ ਵੇਲੇ 7,21,000 ਬੰਦੇ ਉਹਨਾਂ ਦੇ ਟੈਸਟ ਪੋਜ਼ਿਟਿਵ ਹੋਏ ਨੇ, ਜਿਨ੍ਹਾਂ ਵਿੱਚੋਂ 33,000 ਬੰਦਿਆਂ ਦੀ ਜਾਨ ਚਲੀ ਗਈ। ਹੁਣ ਦੇਖਣ ਦੀ ਇਹ ਲੋੜ ਹੈ ਕਿ ਇਸ ਵੇਲੇ ਅਮੈਰੀਕਾ ਦੇ ਵਿੱਚ ਜਿਸ ਤੇਜ਼ੀ ਦੇ ਨਾਲ, ਜਿਸ ਅੱਗ ਦੀ ਤਰ੍ਹਾਂ ਇਹ ਜਿਹੜਾ ਵਾਇਰਸ ਫੈਲ ਰਿਹਾ ਹੈ ਅਤੇ ਕੀ ਸਿਚੁਏਸ਼ਨ ਆਉਣ ਵਾਲੇ ਦਿਨਾਂ 'ਚ ਕੰਟਰੋਲ ਹੋ ਸਕੇਗੀ। ਪਰ ਜਿਹੜੀ ਦਿਲ ਨੂੰ ਝੰਜੋੜਨ ਵਾਲੀ ਗੱਲ ਅੱਜ ਇਹ ਵਾਪਰੀ ਹੈ ਕਿ ਵਾਈਟ ਹਾਊਸ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਅਤੇ ਡਾਕਟਰ ਫਾਊਚੀ, ਜਿਹੜਾ ਕਿ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦਾ ਹੈੱਡ ਹੈ, ਜਿਸ ਨੂੰ ਕਿ ਬਹੁਤ ਸਤਿਕਾਰ ਦੇ ਨਾਲ ਇਸ ਦੇਸ਼ ਵਿੱਚ ਦੇਖਿਆ ਜਾਂਦਾ, ਡਾਕਟਰ ਫਾਊਚੀ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮੈਰੀਕਾ ਦੇ ਵਿੱਚ 1 ਲੱਖ ਤੋਂ ਵੱਧ ਬੰਦੇ ਆਪਣੀ ਜਾਨ ਗੁਆਚ ਸਕਦੇ ਨੇ ਕੋਰੋਨਾ ਵਾਇਰਸ ਕਰਕੇ ਅਤੇ ਮਿਲੀਅਨਸ ਆਫ ਪੀਪਲ, ਮੈਨੇ ਲੱਖਾਂ ਹੀ ਲੋਕ ਉਹਨਾਂ ਦੇ ਟੈਸਟ ਜਿਹੜੇ ਨੇ ਪੋਜ਼ਿਟਿਵ ਹੋ ਸਕਦੇ ਨੇ। ਹੁਣ ਦੇਖਣ ਦੀ ਗੱਲ ਇਹ ਹੈ ਕਿ ਸਾਊਥ ਕੋਰੀਆ ਦੇ ਵਿੱਚ ਜਿਹੜਾ ਪਹਿਲਾ ਕੇਸ ਟੈਸਟ ਹੋਇਆ ਸੀ ਪੋਜ਼ਿਟਿਵ, ਉਹ January 20 ਨੂੰ ਸੀ ਅਤੇ ਅਮੈਰੀਕਾ ਦੇ ਵਿੱਚ ਵੀ ਪਹਿਲਾ ਕੇਸ January 20 ਨੂੰ ਟੈਸਟ ਪੋਜ਼ਿਟਿਵ ਹੋਇਆ ਸੀਗਾ। ਅਤੇ ਸਾਊਥ ਕੋਰੀਆ ਦੀ ਜਿਹੜੀ ਗਵਰਨਮੈਂਟ ਨੇ ਇਸ ਜ਼ੋਰਦਾਰ ਤਰੀਕੇ ਨਾਲ ਇਸ ਬਿਮਾਰੀ ਨੂੰ ਲੜਨ ਦੀ ਪੂਰੀ ਜੰਗੀ ਤਿਆਰੀ ਕੀਤੀ ਔਰ ਉਹਨਾਂ ਨੇ ਆਪਣਾ ਸਾਰਾ ਸਿਸਟਮ ਕੰਟਰੋਲ ਕਰਕੇ ਇਸ ਡਿਜ਼ੀਜ਼ ਨੂੰ ਕਾਫੀ ਹੱਦ ਤੱਕ ਕੰਟਰੋਲ ਦੇ ਵਿੱਚ ਲਿਆਂਦਾ ਕਿ ਹੁਣ ਇਸ ਵੇਲੇ ਸਿਰਫ 100 ਬੰਦੇ ਰੋਜ਼ ਉਸ ਦੇਸ਼ ਦੇ ਵਿੱਚ ਪੋਜ਼ਿਟਿਵ ਟੈਸਟ ਹੁੰਦੇ ਨੇ, ਜਦਕਿ ਅਮੈਰੀਕਾ ਦੇ ਵਿੱਚ ਹੁਣ ਇਸ ਵੇਲੇ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ 10-15 ਦਿਨਾਂ ਦੇ ਵਿੱਚ 4,000 ਤੋਂ ਕੇਸ ਸ਼ੁਰੂ ਹੋ ਕੇ ਹੁਣ ਇਸ ਵੇਲੇ 1,39,000 ਬੰਦੇ ਪੋਜ਼ਿਟਿਵ ਟੈਸਟ ਹੋਇਆ ਉਹਨਾਂ ਦਾ। ਅਤੇ ਨਿਊਯਾਰਕ ਅਤੇ ਨਿਊਯਾਰਕ ਸਿਟੀ ਦੇ ਵਿੱਚ ਹੀ ਤਕਰੀਬਨ 59,000 ਲੋਕ ਇਸ ਵੇਲੇ ਉਹਨਾਂ ਦੇ ਟੈਸਟ ਪੋਜ਼ਿਟਿਵ ਹੋਏ ਨੇ। ਅਤੇ ਈਵਨ ਹੁਣ ਕਈ ਹਸਪਤਾਲਾਂ ਦੇ ਵਿੱਚ ਜਿਹੜੇ ਆਕਸੀਜਨ ਦੇ ਟੈਂਕ ਵੀ ਉਹਨਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਅਤੇ ਫੈਡਰਲ ਗਵਰਨਮੈਂਟ ਨੇ ਜਿਹੜਾ ਉਹਦਾ ਰਿਸਪੋਂਸ ਸੀਗਾ ਕਾਫੀ ਸਲੋ ਸੀ, ਕੁਝ ਰਾਜਨੀਤਿਕ ਕਾਰਨਾਂ ਕਰਕੇ, ਕੁਝ ਬਿਊਰੋਕਰੈਟਿਕ ਸਿਸਟਮ ਕਰਕੇ, ਕੁਝ ਸਟੇਟਾਂ ਦਾ ਅਤੇ ਫੈਡਰਲ ਗਵਰਨਮੈਂਟ ਦਾ ਆਪਸੀ ਕਮਿਊਨੀਕੇਸ਼ਨ ਦੀ ਘਾਟ ਕਰਕੇ ਇਹ ਜਿਹੜਾ ਰਿਸਪੋਂਸ ਜਿਸ ਢੰਗ ਦਾ ਹੋਣਾ ਚਾਹੀਦਾ ਸੀ ਅਮੈਰੀਕਾ ਵਰਗੇ ਦੇਸ਼ ਦੇ ਵਿੱਚ, ਉਹ ਸਾਨੂੰ ਇਹ ਦੇਖਣ ਨੂੰ ਨਹੀਂ ਮਿਲਿਆ। ਅਤੇ ਜਿਹਦਾ ਰਿਜ਼ਲਟ ਇਹ ਹੈ ਕਿ ਇਸ ਵੇਲੇ ਹਰ ਚੀਜ਼ ਦੀ, ਮਾਸਕ ਦੀ ਕਮੀ ਹੈ, ਗਾਊਨਸ ਦੀ ਕਮੀ ਹੈ, ਕਿੰਨੇ ਹੋਸਪਿਟਲਸ ਦੇ ਵਿੱਚ ਤਾਂ 1 ਮਾਸਕ ਸਾਰੇ ਦਿਨ ਲਈ ਮਿਲਦਾ ਹੈ ਅਤੇ ਕਈ ਹਸਪਤਾਲਾਂ ਦੇ ਵਿੱਚ 1 ਮਾਸਕ 1-1 ਹਫ਼ਤੇ ਲਈ ਜਿਹੜਾ ਹੈਲਥ ਅਫੀਸ਼ਲਸ ਨੂੰ ਵਰਤਣਾ ਪੈ ਰਿਹਾ। ਸੋ ਇੱਕ ਬੜੀ ਹੀ ਡੇਂਜਰਸ ਸਿਚੁਏਸ਼ਨ ਹੈ। ਅਤੇ ਹੁਣ ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਕਈ ਡਾਕਟਰ ਵੀ ਅਤੇ ਕਈ ਨਰਸਿਸ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਅਤੇ ਆਪਣੀ ਜਾਨ ਉਹਨਾਂ ਨੇ ਗਵਾ ਲਈ ਹੈ। ਇਟਲੀ ਦੇ ਵਿੱਚ ਤਕਰੀਬਨ 75 ਜਿਹੜੇ ਡਾਕਟਰ ਮਾਰੇ ਗਏ ਨੇ
ਇਸ ਬਿਮਾਰੀ ਕਰਕੇ। ਸੋ ਇਹ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਰਿਸਪੋਂਸ ਸਰਕਾਰੀ ਤੌਰ ਦੇ ਉੱਤੇ ਇਸ ਡਿਜ਼ੀਜ਼ ਨਾਲ ਕੀਤਾ ਜਾਵੇ, ਉਹਨਾਂ ਹੀ ਇਹ ਵਾਇਰਸ ਹੈ ਇਹ ਫੈਲਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ। ਸੋ ਸਾਨੂੰ ਬਹੁਤ ਫਿਕਰ ਹੈ ਕਿ ਪੰਜਾਬ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਸਰਕਾਰ ਦੀ ਤਿਆਰੀ ਹੈ ਕਿ ਨਹੀਂ, ਬਿਊਰੋਕਰੈਟਿਕ ਸਿਸਟਮ ਦੀ ਤਿਆਰੀ ਹੈ ਕਿ ਨਹੀਂ, ਅਤੇ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਲੀਡਰ ਨੇ ਉਹਨਾਂ ਨੇ ਇਸ ਚੀਜ਼ ਨੂੰ ਲੜਨ ਦਾ ਜੋ ਜੰਗੀ ਪਲਾਨ ਬਣਾਇਆ ਹੈ ਕਿ ਨਹੀਂ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਪਰ ਮੇਰੀ ਸਾਰੇ ਵੀਰਾਂ ਭੈਣਾਂ ਨੂੰ ਜ਼ਰੂਰ ਬੇਨਤੀ ਹੈ ਕਿ ਆਪਾਂ ਸਾਰੇ ਆਪਣਾ ਆਪਣਾ ਖਿਆਲ ਰੱਖੀਏ। ਈਵਨ ਨਿਊਯਾਰਕ ਦੇ ਵਿੱਚ ਸਾਡੇ ਕਈ ਪੰਜਾਬੀ ਵੀਰ ਇਸ ਦਾ ਸ਼ਿਕਾਰ ਹੋ ਕੇ ਉਹਨਾਂ ਦੀ ਮੌਤ ਹੋ ਗਈ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ 27 ਸਾਲ ਦਾ ਜਿਹੜਾ ਪੰਜਾਬੀ ਨੌਜਵਾਨ ਉਹਨਾਂ ਦੇ ਮਾਂ ਪਿਓ ਨੂੰ ਅਤੇ ਉਹਨਾਂ ਦੇ ਦਾਦਾ ਦਾਦੀ ਨੂੰ ਰੋਂਦਿਆਂ ਉਹਨਾਂ ਦੀ ਵੀਡੀਓ ਦੇਖੀ ਹੈ, ਬਹੁਤ ਹੀ ਦਿਲ ਦੁਖੀ ਹੋਇਆ। ਅਤੇ ਸਾਡੀ ਅਰਦਾਸ ਹੈ ਕਿ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ, ਅਤੇ ਜਿਹੜੇ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਏ ਨੇ ਵਾਹਿਗੁਰੂ ਉਹਨਾਂ ਦੇ ਪਰਿਵਾਰਾਂ ਨੂੰ ਜ਼ਰੂਰ ਆਪਣਾ ਮਿਹਰ ਭਰਿਆ ਹੱਥ ਉਹਨਾਂ 'ਤੇ ਰੱਖੇ। ਸਾਡੇ ਸਾਰਿਆਂ ਲਈ ਅਰਦਾਸ ਕਰਨੀ ਬਹੁਤ ਜ਼ਰੂਰੀ ਹੈ ਅਤੇ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਤਰ੍ਹਾਂ ਕਿਹਾ ਕਿ ਖਿਨੇਵੇਂ ਅਵਰਾ ਅਚਰਜ ਚਲਤ ਤੁਮਾਰੇ, ਕਿ ਕੋਈ ਪਤਾ ਨਹੀਂ ਹੁੰਦਾ ਕਿਸ ਦਿਸ਼ਾ ਵੱਲ ਜਿਹੜੀ ਹੈ ਲਾਈਫ ਜਾਂਦੀ ਹੈ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਣਾ ਆਪ ਸੰਭਾਲਣਾ ਸਾਡੇ ਲਈ ਜ਼ਰੂਰੀ ਹੈ, ਪਰ ਨਾਲ ਦੀ ਨਾਲ ਜਿਹੜਾ ਸਿਸਟਮ ਦੇ ਵਿੱਚ ਜੋ ਇੰਸਟਰਕਸ਼ਨਸ ਸਰਕਾਰ ਵੱਲੋਂ ਸਾਰੇ ਡਾਕਟਰਸ ਵੱਲੋਂ ਰੈਕਮੈਂਡੇਸ਼ਨਸ ਨੇ ਉਹਨਾਂ ਨੂੰ ਜ਼ਰੂਰ ਮੰਨੀਏ। ਇੱਕ ਜ਼ਰੂਰ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਸਾਡੇ ਵੀਰ ਭੈਣ ਕਮਾਲ ਦੀ ਉਹਨਾਂ ਨੇ ਸਪਿਰਿਟ ਦਿਖਾਈ ਹੈ, ਮੈਨੇ ਸਿੱਖਾਂ ਦੀ ਜੋ ਇਸ ਵੇਲੇ ਜੋ ਛਵੀ ਉੱਭਰ ਕੇ ਆਈ ਹੈ ਹਿੰਦੁਸਤਾਨ ਦੇ ਵਿੱਚ ਅਤੇ ਆਸਟ੍ਰੇਲੀਆ ਦੇ ਵਿੱਚ, ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਜਿਸ ਤਰ੍ਹਾਂ ਸਾਡੇ ਲੋਕ ਸੇਵਾ ਕਰਨ ਲਈ ਕੁੱਦ ਪਏ ਨੇ, ਪਰ ਵੀਰੋ ਅਤੇ ਭੈਣੋ ਇਹ ਜ਼ਰੂਰ ਬੇਨਤੀ ਹੈ ਕਿ ਆਪਣਾ ਖਿਆਲ ਜ਼ਰੂਰ ਰੱਖੋ, ਪ੍ਰੀਕੋਸ਼ਨਸ ਜ਼ਰੂਰ ਫੋਲੋ ਕਰੋ, ਤਾਂ ਕਿ ਜਿਹੜਾ ਅਸੀਂ ਜਿਹੜਾ ਇਹ ਸੇਵਾ ਦਾ ਸਾਨੂੰ ਕਰਨ ਦਾ ਚਾਅ ਹੈ ਉਹਨੂੰ ਵੀ ਅਸੀਂ ਪੂਰਾ ਕਰ ਸਕੀਏ, ਪਰ ਨਾਲ ਦੀ ਨਾਲ ਸਰੀਰਕ ਤੌਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਵੀ ਇਸ ਬਿਮਾਰੀ ਤੋਂ ਬਚਾ ਕੇ ਰੱਖੀਏ। ਇੰਨੀ ਕੁ ਜ਼ਰੂਰ ਬੇਨਤੀ ਹੈ ਜੀ। ਆਪ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।